ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਪਿਆਰੇ ਯੂਟਿਊਬ ਚੈਨਲ ਆਰ ਕੇ ਸਟੱਡੀ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਪਟਵਾਰੀ ਅਤੇ ਪੁਲਿਸ ਪੇਪਰ ਦੇ ਵਿੱਚ ਜੋ ਪੁੱਛੀ ਜਾਵੇਗੀ GK, ਸੋ ਉਸਦੇ MCQ ਹੋਣਗੇ, ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਅਤੇ ਨਾਲ ਹੀ ਕੁਝ ਜੋ ਰੀਜ਼ਨਿੰਗ ਕੁਐਸਚਨ ਹੋਣਗੇ ਉਹ ਵੀ ਇਸ ਵੀਡੀਓ ਦੇ ਵਿੱਚ ਦੇਖਾਂਗੇ। ਅਤੇ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਵੀਡੀਓ ਹੈ ਅਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ। ਅਤੇ ਇਸਦੀ ਜੋ PDF ਹੋਵੇਗੀ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਉਪਲਬਧ ਮਿਲ ਜਾਵੇਗੀ, ਅਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਜੋ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਤਾਂ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਅਤੇ ਬਿਨਾਂ ਟਾਈਮ ਵੇਸਟ ਕੋਏ ਤਾਂ ਚਲੋ ਦੋਸਤੋ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ ਦੋਸਤੋ, ਪੰਜਾਬ ਦਾ ਸਭ ਤੋਂ ਘੱਟ ਬਸੋਂ ਵਾਲਾ ਜ਼ਿਲ੍ਹਾ ਕਿਹੜਾ ਹੈ? ਚਾਰ ਆਪਸ਼ਨ ਨੇ ਆਪਣੇ ਸਾਹਮਣੇ। ਤਾਂ ਪੰਜਾਬ ਦਾ ਸਭ ਤੋਂ ਘੱਟ ਬਸੋਂ ਵਾਲਾ ਜ਼ਿਲ੍ਹਾ ਹੈ ਜੀ ਆਪਸ਼ਨ ਨੰਬਰ D, ਮੋਗਾ। ਠੀਕ ਹੈ ਦੋਸਤੋ, ਸੋ ਮੋਗਾ ਜੋ ਪੰਜਾਬ ਦਾ ਸਭ ਤੋਂ ਘੱਟ ਬਸੋਂ ਵਾਲਾ ਜ਼ਿਲ੍ਹਾ ਹੈ। ਅਗਰ ਦੋਸਤੋ ਤੁਹਾਨੂੰ ਇਸ ਦੇ ਲਈ ਜ਼ਿਆਦਾ ਸਮਾਂ ਚਾਹੀਦਾ ਤਾਂ ਤੁਸੀਂ ਇਹਨੂੰ ਪਾਊਜ਼ ਕਰਕੇ ਤੁਸੀਂ ਇਸਦਾ ਆਨਸਰ ਜੋ ਗੈਸ ਕਰ ਸਕਦੇ ਹੋ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਨੈਕਸਟ ਕੁਐਸਚਨ ਆਪਣੇ ਕੋਲ, ਸਤਲੁਜ ਅਤੇ ਬਿਆਸ ਦਾ ਸੰਗਮ ਕਿੱਥੇ ਹੁੰਦਾ ਹੈ? ਚਾਰ ਆਪਸ਼ਨ ਨੇ, ਠੀਕ ਹੈ ਜੀ। ਤਾਂ ਸਹੀ ਆਨਸਰ ਹੋਵੇਗਾ ਜੋ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ ਆਪਸ਼ਨ ਨੰਬਰ B, ਹਰੀਕੇ ਪੱਤਨ। ਠੀਕ ਹੈ ਜੀ, ਹਰੀਕੇ ਪੱਤਨ 'ਤੇ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ ਆਪਸ਼ਨ ਨੰਬਰ 2। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਪੰਜਾਬ ਸਰਕਾਰ ਨੇ ਇਹਨਾਂ ਵਿੱਚੋਂ ਕਿਹੜਾ ਮੋਬਾਈਲ ਐਪ ਹੈ ਜੋ ਲਾਂਚ ਕੀਤਾ ਹੈ, ਕਿਹੜਾ ਮੋਬਾਈਲ ਐਪਲੀਕੇਸ਼ਨ ਹੈ ਜੋ ਲਾਂਚ ਕੀਤਾ ਇਹਨਾਂ ਦੇ ਚਾਰਾਂ ਵਿੱਚੋਂ? ਤਾਂ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ 1, ਡਿਜੀਨੈਸਟ। ਠੀਕ ਹੈ ਜੀ, ਸੋ ਆਪਸ਼ਨ ਨੰਬਰ 1 ਹੈ ਜੋ ਡਿਜੀਨੈਸਟ ਹੈ, ਪੰਜਾਬ ਸਰਕਾਰ ਨੇ ਜੋ ਮੋਬਾਈਲ ਐਪ ਹੈ ਇਹ ਲਾਂਚ ਕੀਤਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਆਪਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ, ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਚਾਰ ਆਪਸ਼ਨ ਹੈ ਆਪਣੇ ਕੋਲ, ਤਾਂ ਦੱਸੋ ਜੀ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ D, ਉੱਪਰਲੇ ਤਿੰਨੋਂ। ਠੀਕ ਹੈ ਜੀ, ਮਤਲਬ ਦੱਖਣ, ਜੈਨ ਸਥਾਨ ਅਤੇ ਬੁੱਧ ਸਥਾਨ, ਇਹਨਾਂ ਤਿੰਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਹੈ ਉਸ ਨੂੰ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਤਾਂ ਰਾਈਟ ਆਂਸਰ ਹੋ ਜਾਏਗਾ ਉੱਪਰਲੇ ਤਿੰਨੋਂ ਆਪਸ਼ਨ ਨੰਬਰ D। ਨੈਕਸਟ ਕੁਐਸਚਨ ਵੱਲ ਵੱਧਦੇ ਆਪਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਚਾਰ ਆਪਸ਼ਨ ਨੇ, ਤਾਂ ਇਸ ਦੇ ਵਿੱਚ ਰਾਈਟ ਆਂਸਰ ਹੋਵੇਗਾ ਜੀ ਆਪਸ਼ਨ ਨੰਬਰ C, ਲੋਹਗੜ੍ਹ ਨੂੰ। ਠੀਕ ਹੈ ਜੀ, ਲੋਹਗੜ੍ਹ ਨੂੰ ਬੰਦਾ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਸੀ, ਜਿਸ ਨੂੰ ਮੁਖਲਿਸਪੁਰ ਵੀ ਕਿਹਾ ਜਾਂਦਾ ਸੀ। ਠੀਕ ਹੈ ਜੀ, ਆਪਸ਼ਨ ਨੰਬਰ C, ਲੋਹਗੜ੍ਹ। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਅਨੰਦਪੁਰ ਸਾਹਿਬ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਦੱਸੋ ਚਾਰ ਦੇ ਵਿੱਚੋਂ ਜੀ ਅਨੰਦਪੁਰ ਸਾਹਿਬ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ B, ਰੂਪਨਗਰ ਦੇ ਵਿੱਚ। ਸੋ ਰੂਪਨਗਰ ਦੇ ਵਿੱਚ ਅਨੰਦਪੁਰ ਸਾਹਿਬ ਹੈ ਜੋ ਉਹ ਮੌਜੂਦ ਹੈ। ਠੀਕ ਹੈ, ਰੂਪਨਗਰ ਜ਼ਿਲ੍ਹੇ ਦੇ ਵਿੱਚ। ਠੀਕ ਹੈ ਜੀ, ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੁਐਸਚਨ ਦੇਖਦੇ ਆਪਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕੀ ਨਾਂ ਦਿੱਤਾ ਗਿਆ ਹੈ? ਚਾਰ ਆਪਸ਼ਨ ਹੈ ਆਪਣੇ ਕੋਲ, ਤਾਂ ਸਹੀ ਆਂਸਰ ਹੈ ਜੀ, ਸੋ ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਜਲੋਲ ਮਿੱਟੀ ਦਾ ਨਾਮ ਦਿੱਤਾ ਗਿਆ ਆਪਸ਼ਨ ਨੰਬਰ B, ਇਸ ਦੇ ਵਿੱਚੋਂ ਰਾਈਟ ਹੋ ਜਾਏਗਾ ਜੀ। ਠੀਕ ਹੈ, ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ ਐਗਜ਼ਾਮ ਦੇ ਲੈ ਨੂੰ ਲੈ ਕੇ। ਠੀਕ ਹੈ ਜੀ, ਤਾਂ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ। ਸੋ ਪੰਜਾਬ ਵਿੱਚ ਮੱਧਲੇ ਮੈਦਾਨ ਦੀ ਮਿੱਟੀ ਨੂੰ ਜਲੋਲ ਮਿੱਟੀ ਦਾ ਨਾਮ ਦਿੱਤਾ ਗਿਆ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਨੈਕਸਟ ਕੁਐਸਚਨ ਹੈ ਜੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਕਿਸਨੇ ਸੰਭਾਲਿਆ ਹੈ? ਤਾਂ ਚਾਰ ਆਪਸ਼ਨ ਨੇ, ਜੋ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ, ਤਾਂ ਉਹ ਹੈ ਜੀ ਆਪਸ਼ਨ ਨੰਬਰ C, ਕਮਲਦੀਪ ਸਿੰਘ ਜੀ। ਠੀਕ ਹੈ, ਸੋ ਕਮਲਦੀਪ ਸਿੰਘ ਇਸ ਕੁਐਸਚਨ ਦਾ ਰਾਈਟ ਆਂਸਰ ਹੈ, ਜੋ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਠੀਕ ਹੈ ਜੀ, ਕਰੰਟ GK ਦਾ ਕੁਐਸਚਨ ਹੈ ਇਹ, ਸੋ ਇੰਪੋਰਟੈਂਟ ਹੋ ਸਕਦਾ ਹੈ ਪੰਜਾਬ ਪਟਵਾਰੀ ਦੇ ਲਈ। ਠੀਕ ਹੈ ਜੀ, ਸੋ ਕਮਲਦੀਪ ਸਿੰਘ ਨੇ ਜੋ, ਠੀਕ ਹੈ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਨੇ, ਅਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਇੱਕ ਕਿ ਜੋ ਆਪਣੇ ਪੰਜਾਬ ਰਾਜ ਸਹਿਕਾਰੀ ਬੈਂਕ ਹੈ, ਠੀਕ ਹੈ, ਉਸਦੇ ਚੇਅਰਮੈਨ ਕੌਣ ਨੇ? ਉਹ ਰਾਣਾ ਵਰਿੰਦਰ ਸਿੰਘ ਨੇ। ਠੀਕ ਹੈ, ਜੋ ਆਪਸ਼ਨ 2 ਦੇਖ ਰਹੇ ਹੋ ਤੁਸੀਂ, ਇੱਥੇ ਖੇਤੀਬਾੜੀ ਵਿਕਾਸ ਬੈਂਕ ਹੈ, ਪਰ ਜੋ ਰਾਣਾ ਵਰਿੰਦਰ ਸਿੰਘ ਨੇ ਉਹ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਨੇ। ਠੀਕ ਹੈ, ਤਾਂ ਤੁਸੀਂ ਇਹ ਕੁਐਸਚਨ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਠੀਕ ਹੈ, ਤਾਂ ਚੰਗੀ ਤਰ੍ਹਾਂ ਯਾਦ ਕਰ ਲਿਓ ਇਸ ਨੂੰ। ਨੈਕਸਟ ਕੁਐਸਚਨ ਦੇਖਦੇ ਆਪਾਂ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਤਖਤੀ, ਠੀਕ ਹੈ ਜੀ, ਤਖਤੀ ਆਦਮੀ ਦਾ ਇੱਕ ਗਹਿਣਾ ਹੈ, ਇਹ ਕਿਸ ਵਿੱਚ ਪਾਇਆ ਜਾਂਦਾ ਹੈ? ਸੋ ਤਖਤੀ ਕਿਸ ਵਿੱਚ ਪਾਇਆ ਜਾਂਦਾ ਜੀ? ਚਾਰ ਆਪਸ਼ਨ ਆਪਣੇ ਕੋਲ ਦੇਖ ਸਕਦੇ ਤੁਸੀਂ। ਠੀਕ ਹੈ ਜੀ, ਸੋ ਚਾਰ ਆਪਸ਼ਨਾਂ ਦੇ ਵਿੱਚੋਂ ਦੱਸੋ ਇਹਨਾਂ ਚਾਰਾਂ ਵਿੱਚੋਂ ਕਿਹੜਾ ਰਾਈਟ ਹੋਵੇਗਾ। ਤਾਂ ਇਸ ਦੇ ਵਿੱਚੋਂ ਰਾਈਟ ਆਂਸਰ ਹੈ ਜੀ, ਜੋ ਤਖਤੀ ਹੈ ਉਹ ਆਦਮੀ ਦਾ ਇੱਕ ਗਹਿਣਾ ਹੈ, ਉਹ ਪਾਇਆ ਜਾਂਦਾ ਜੀ ਗਰਦਨ ਦੇ ਵਿੱਚ। ਠੀਕ ਹੈ, ਆਪਸ਼ਨ ਨੰਬਰ D ਇਸ ਦੇ ਵਿੱਚੋਂ ਰਾਈਟ ਹੋ ਜਾਏਗਾ। ਠੀਕ ਹੈ, ਜੋ ਤਖਤੀ ਹੈ ਉਹ ਗਰਦਨ ਦੇ ਵਿੱਚ ਪਹਿਨਿਆ ਜਾਂਦਾ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ। ਨੈਕਸਟ ਕੁਐਸਚਨ ਦੇਖਦੇ ਆਪਾਂ। ਨੈਕਸਟ ਕੁਐਸਚਨ ਆਪਣੇ ਕੋਲ, ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ? ਸੋ ਦੋਸਤੋ, ਤੁਹਾਨੂੰ ਈਜ਼ੀਲੀ ਕੁਐਸਚਨ ਦਾ ਪਤਾ ਲੱਗ ਗਿਆ ਹੋਵੇਗਾ ਜੋ,
ठीक है, बसंत पंचमी का त्यौहार है जो किस महीने मनाया जाता है जी? तो इस दे विच राइट आंसर है जी ऑप्शन नंबर बी, माघ दे विच। ठीक है जी, सो बसंत पंचमी का त्यौहार है जो माघ महीने दे विच आयोजित किया जाता है। नेक्स्ट क्वेश्चन देखते हैं। नेक्स्ट क्वेश्चन अपने कोल, केड़ा पंजाब लोक नाच नहीं है? चार लोक नाच ने अपने कोल, तो दसो इन लोक नाच केड़ा नहीं है जी? तो इन्हों राइट आंसर है जी जो लोक नाच नहीं है ऑप्शन नंबर डी, औसी। ठीक है जी, औसी है जो पंजाब का एक लोक नाच नहीं है, बाकी तीन गिद्धा भंगड़ा सम्मी एक लोक नाच ने। ठीक है, जो औसी है जो एक लोक नाच नहीं है। ठीक है जी, नेक्स्ट क्वेश्चन वाल बढ़ते हैं आप। नेक्स्ट क्वेश्चन है अपने कोल, किस भूगोल शास्त्री नूं भूगोल का पितामा कहा जाता है? तो दसो इन्हें चारों के कौन राइट होगा जिसनों भूगोल का पितामा कहा जाता है? तो इन्हों राइट आंसर है जी ऑप्शन नंबर वन, इरेटो सथनीज। ठीक है जी, सो इरेटो सथनीज न, ठीक है, भूगोल का पितामा कहा जाता है। बहुत ज़्यादा मोस्ट इंपोर्टेंट क्वेश्चन है ये। ठीक है जी, तो चंकी तरह वेख लियो इसनों, जो भूगोल का पितामा है वो इरेटो सथनीज न कहा जाता है। नेक्स्ट क्वेश्चन देखते हैं। नेक्स्ट क्वेश्चन है जी, ये क्वेश्चन बहुत ज़्यादा मोस्ट इंपोर्टेंट क्वेश्चन है ये। ठीक है जी, भारत का किहड़ा राष्ट्रपति पंजाब तो सी? ये पूछ रहे हैं जी भारत का किहड़ा राष्ट्रपति पंजाब तो सी? चार ऑप्शन ने तुम पढ़ सकते हो, तो इन्हों के विचों राइट आंसर होगा जी जो भारत का राष्ट्र भारत का किहड़ा राष्ट्रपति है जो पंजाब तो सी ऑप्शन नंबर सी, ज्ञानी जैल सिंह। ठीक है, ये पंजाब तो सी जो राष्ट्रपति सन भारत के। ठीक है जी, ज्ञानी जैल सिंह। ठीक है, चंगी तरह याद कर लियो इसनों। नेक्स्ट क्वेश्चन देखते हैं। नेक्स्ट क्वेश्चन है जी अपने कोल, पंजाब का पहला राज्यपाल कौन सी? तो दसो जी इन्ह चार ऑप्शनों के जो पंजाब का पहला राज्यपाल कौन सी? तो ऑप्शन नंबर वन, श्री चंदू लाल त्रिवेदी जी, तो जिन्हों का पूरा नाम सी श्री चंदू लाल माधव लाल त्रिवेदी। ठीक है, वो पंजाब राज के पहले राज्यपाल सन। ऑप्शन नंबर वन इस विचों राइट हो जाएगा। ठीक है जी, श्री चंदू लाल त्रिवेदी जी जो पंजाब के पहले राज्यपाल सी। ठीक है जी, नेक्स्ट देखते हैं। नेक्स्ट क्वेश्चन है अपने कोल, भारत का साइबेरिया किस तेल खेतों में कहा जाता है? तो दसो जी जो भारत का साइबेरिया है किस तेल खेतों में कहा जाता है? तो सही आंसर है जी इसमें ऑप्शन नंबर सी, अंकलेश्वर न। ठीक है जी, सो अंकलेश्वर न भारत का साइबेरिया जो तेल खेतर इसनों कहा जाता है, सो ऑप्शन नंबर सी अंकलेश्वर, राइट आंसर सी। नेक्स्ट क्वेश्चन देखते हैं। नेक्स्ट अपने कोल जो अपने ने रीजनिंग के क्वेश्चन ने कुछ, ठीक है, जो पेपर के लेवल में लेके बहुत ज़्यादा मोस्ट इंपॉर्टेंट ने भी, तो देखते हैं जी। सो जिमें 19:21 तो अगर 47 तो इतने अपने दसना भी कि आंसर आएगा। ठीक है जी, सो अपने आंसर दसना उरे भी कि आंसर आएगा इतने इन्होंने चार ऑप्शन के बच्चों, तो तुम दसदा भी आसान तरीके दसागा तुम्हें बिल्कुल। ठीक है जी, जिम्मे 19:21 इन्ह दोनों संख्या में वेख के अपने जो जो ये दो संख्या अगे अपने ट्राई करनी है, मतलब इन्हों का आंसर कढ़ना है। ठीक है जी, जिमें देखो दो संख्या बनाई हुई ने पहले 19:21, मतलब इन्होंने देख लो कि डिफरेंस है, 19:21 दो का डिफरेंस है। ठीक है जी, सो 19 तो बाद क्या आया? 21 आया। ठीक है जी, इस तरह 47 तो बाद अगे कि अगे जो अपना अंक आएगा वो कहड़ा आएगा, वो भी आपने अपने पहले मुताबिक देखना है। तो पहले के मुताबिक किन्ने डिफरेंस पाया हुआ है? दो का, तो अगे भी अपने दो की डिफरेंस रखना है, तो मतलब 47 तो बाद क्या क्या आएगा जी? 47, 48, 49। ठीक है जी, तो अगे आएगा 49, तो ऑप्शन देख लो तो ऑप्शन नंबर सी इस राइट हो जाएगा। ठीक है जी, सो बिल्कुल आसान क्वेश्चन है ये, तो तुम्हें जे पेपर में यह जहाँ क्वेश्चन आ जाए तो तुम ईजीली इसको हल कर सकोगे। ठीक है जी, नैक्सट देखते हैं अपना। नैक्सट रीजनिंग का क्वेश्चन अपने कोल, 2, 5, 9 ज़्यादा जो आंसर आएगा वो अपन पता करना थे 20 ते 27। तो यह देखो तुम अपने किमें हल करना है। देखो ये जो नंबर की सीकुएंस है ये लगातार बन रही है। ठीक है, तुम जिम्मे उपरला क्वेश्चन दस तुम डिफरेंस के मुताबिक ये क्वेश्चन भी उम्मीद ही हल करना है। ठीक है, जिमें 2 ते 5 किन्ने डिफरेंस है? 3 का। ठीक है जी, इवें तरह 5 ते 9 डिफरेंस है? 4 का। ठीक है, मतलब कि सीकुएंस लगातार गाह दे गाह अगे अगे बनती जा रही है, मतलब 5 तो बाद किन्ने डिफरेंस पैना चाहिए जो अगला अगला अंक अपने पता करना है, तो उस किन्ने पैना चाहिए डिफरेंस जी? 5 का। ठीक है, मतलब जी 9 तो आप 5 जोड़ा तो किन्ना बन जाएगा जी? 14। ठीक है, उस तो गांह आप 6 का डिफरेंस पावे। ठीक है जी, 14 मान के अपना मतलब 14 आंसर आता इतने अपना। ठीक है, 14 तो बाद 6 जोड़ा तो 20, तो यह भी अपना मतलब कि राइट बन रहा है, मतलब सीकुएंस सही बन रही है अपनी। ठीक है, उस तो बाद 20 ते 7 जोड़ा आप 27, तो मतलब कि आंसर आना चाहिए 14, तो ऑप्शन नंबर ए इस राइट हो जाएगा। ठीक है जी, आए मतलब कि अक्षरों देख के आप अंक वेख के इन्हें सीकुएंस बना के इनका आंसर जो कढ़ सकते हैं। नैक्सट क्वेश्चन देखते हैं आप। सो नैक्सट अपने को रीजनिंग का क्वेश्चन है जी, कई बार की होंगे कि
ਅੰਕਾਂ ਦੇ ਨਾਲ ਨਾਲ ਆਪਾਂ ਨੂੰ ਇੰਗਲਿਸ਼ ਦੇ ਅੱਖਰ ਵੀ ਦਿੱਤੇ ਨਾਲ ਦੇ ਦਿੱਤੇ ਜਾਂਦੇ ਨੇ ਤਾਂ ਜੋ ਆਪਾਂ ਨੂੰ ਸੋ ਪੇਪਰ ਦੇ ਵਿੱਚ ਟਾਈਮ ਜ਼ਿਆਦਾ ਹੋਵੇ ਕਨਫਿਊਜ਼ ਕਰਨ ਦੇ ਲਈ। ਠੀਕ ਹੈ ਜੀ, ਸੋ ਤਰੀਕਾ ਉਹੀ ਹੁੰਦਾ ਬਿਲਕੁਲ ਉੱਪਰ ਦੀ ਤਰ੍ਹਾਂ। ਠੀਕ ਹੈ, ਸਿਕੁਐਂਸ ਬਣਾ ਕੇ ਆਪਾਂ ਦੇਖ ਲਓ ਅੱਖਰ ਨੂੰ ਬਿਲਕੁਲ ਵੀ ਸਹੀ ਬਣਦਾ ਕਿ ਨਹੀਂ ਬਣਦਾ। ਹੁਣ ਇਸ ਕੁਐਸਚਨ ਨੂੰ ਦੇਖੋ ਆਪਾਂ ਕਿਵੇਂ ਹੱਲ ਕਰਨਾ ਹੈ, ਜਿਵੇਂ F2। ਠੀਕ ਹੈ, ਉਸ ਤੋਂ ਬਾਅਦ ਜੋ ਆਂਸਰ ਆਵੇਗਾ ਉੱਥੇ ਪਤਾ ਕਰਨਾ ਹੈ D8 C16 ਅਤੇ B32। ਤਾਂ ਤੁਹਾਨੂੰ ਇੱਕ ਅੰਕ ਦਾ ਪਤਾ ਲੱਗ ਗਿਆ ਹੋਵੇਗਾ। ਤਾਂ ਇਸ ਸਵਾਲ ਨੂੰ ਹੱਲ ਕਰਨ ਤੋਂ ਪਹਿਲਾਂ ਆਪਾਂ ਇੰਗਲਿਸ਼ ਦੇ ਅੱਖਰਾਂ ਨੂੰ ਵੇਖ ਲਓ ਵੀ ਇਹਨਾਂ ਦੀ ਸਿਕੁਐਂਸ ਕਿੱਧਰ ਨੂੰ ਬਣ ਰਹੀ ਹੈ। ਠੀਕ ਹੈ ਜੀ, ਜਿਵੇਂ FDCB ਮਤਲਬ ਕੀ ਹੋ ਗਿਆ, ਮਤਲਬ ਕਿ ਇੱਧਰੋਂ ਬਣ ਰਹੀ ਹੈ। ਠੀਕ ਹੈ ਜੀ, ਪਿਛਲੇ ਪਾਸਿਓਂ। ਠੀਕ ਹੈ, ਜਿਵੇਂ BCD, ਉਸ ਤੋਂ ਬਾਅਦ ਆਪਾਂ ਮੰਨੀ ਚੱਲਾਂ ਮਤਲਬ ਕਿ E ਆ ਗਿਆ ਜੀ। ਠੀਕ ਹੈ, E ਤੋਂ ਬਾਅਦ F, ਮਤਲਬ ਕਿ ਇਸਦੀ ਸਿਕੁਐਂਸ ਹੈ ਜੋ ਸਹੀ ਬਣ ਰਹੀ ਹੈ। ਠੀਕ ਹੈ, E ਆ ਗਿਆ, ਉਸ ਤੋਂ ਬਾਅਦ ਆਪਾਂ ਨੇ ਅੰਕਾਂ ਨੂੰ ਵੇਖਣਾ ਹੈ। ਠੀਕ ਹੈ ਜੀ, ਜਿਵੇਂ ਉਰੇ 2 ਆ ਗਿਆ, ਠੀਕ ਹੈ, ਫਿਰ 8, ਫਿਰ 16, ਫਿਰ 32। ਤੁਸੀਂ ਇਹ ਅੰਦਾਜ਼ਾ ਲਗਾ ਲਓ ਵੀ ਮਤਲਬ ਇਸਦਾ ਡਬਲ ਕੀਤਾ ਹੋਇਆ। ਠੀਕ ਹੈ, 8 ਤੋਂ ਬਾਅਦ 16, 16 ਤੋਂ ਬਾਅਦ 32, ਇੱਥੇ ਪਤਾ ਲੱਗ ਗਿਆ। ਤਾਂ ਇਸਦਾ ਅੱਗੇ ਵੀ ਆਪਾਂ ਨੂੰ ਆਟੋਮੈਟਿਕ ਪਤਾ ਲੱਗ ਜਾਏਗਾ ਵੀ 2 ਦਾ ਵਾਕਿਆ ਗਿਆ ਡਬਲ ਕੀਤਾ ਹੋਇਆ। 2 ਤੋਂ ਬਾਅਦ 4, ਠੀਕ ਹੈ ਜੀ, 4 ਦੂਣੀ 8, 8 ਦੂਣੀ 16, 16 ਦੂਣਾ 32, ਮਤਲਬ 2 ਨਾਲ ਮਲਟੀਪਲਾਈ ਕਰਿਆ ਹੋਇਆ। ਤਾਂ ਇਸਦਾ ਨਾਲ ਕੀ ਆ ਜਾਏਗਾ ਜੀ, ਈ ਦੇ ਨਾਲ 4। ਤਾਂ ਤੁਸੀਂ ਆਪਸ਼ਨ ਦੇ ਵਿੱਚ ਦੇਖ ਸਕਦੇ ਹੋ E4 ਹੈ ਜੋ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਤਾਂ ਇਹ ਵੀ ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੇ ਪੇਪਰ ਦੇ ਲੈਵਲ ਨੂੰ ਲੈ ਕੇ। ਕਈ ਵਾਰ ਇਸਦੇ ਕੁਐਸਚਨ ਜੋ ਪੇਪਰ ਦੇ ਵਿੱਚ ਆ ਜਾਂਦੇ ਨੇ ਤਾਂ ਤੁਸੀਂ ਉਹਨੂੰ ਛੱਡ ਕੇ ਨਹੀਂ ਆਉਣਾ। ਠੀਕ ਹੈ, ਈਜ਼ੀਲੀ ਤੁਸੀਂ ਇਹਨਾਂ ਕੁਐਸਚਨ ਨੂੰ ਹੱਲ ਕਰ ਲਓਗੇ। ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਇਸਦਾ ਆਪਾਂ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ, ਕਿਉਂਕਿ ਜੋ ਇਗਜ਼ਾਮ ਨੇ ਹੁਣ ਬਹੁਤ ਜ਼ਿਆਦਾ ਜਲਦੀ ਹੋਣਗੇ ਅਤੇ ਆਪਾਂ ਜੋ ਹੋਰ ਵੀਡੀਓ ਨੇ GK ਦੀਆਂ ਅਤੇ ਰੀਜਨਿੰਗ ਦੀਆਂ ਉਹ ਵੀ ਅੱਗੇ ਪਾਰਟ ਲੈ ਕੇ ਆਵਾਂਗੇ ਅਤੇ ਸਾਡੇ ਚੈਨਲ ਨਾਲ ਬਣੇ ਹੋ। ਠੀਕ ਹੈ ਜੀ, ਅਤੇ ਜੋ ਸਬਸਕ੍ਰਾਈਬ ਦੇ ਨਾਲ ਚੈਨਲ ਜ਼ਰੂਰ ਕਰ ਲਿਓ ਅਤੇ ਜਿਹਨਾਂ ਨਾਲ ਵਾਲੀ ਬੈਲ ਆਈਕਨ ਹੈ ਉਸ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਵੀਡੀਓ ਦੀ ਅਪਡੇਟ ਹੈ ਜੋ ਸਮੇਂ ਸਮੇਂ ਦੇ ਉੱਪਰ ਮਿਲਦੀ ਰਹੇ। ਓਕੇ, ਥੈਂਕ ਯੂ ਫੋਰ ਵਾਚਿੰਗ।